ਬਰਾਦਰੀ ਨਾਲ ਤਾਲੁਕ ਹੈ ਤੁਹਾਡਾ? ਗੁਜਰ ਬਰਾਦਰੀ, ਮਾਸ਼ਾਅੱਲਾ ਗੁਜਰ ਵੀ ਕਾਰੋਬਾਰੀ ਹੋਣ ਲੱਗ ਪਏ ਹੈ। ਚਲੋ ਜੀ, ਅੱਲਾਹ ਖੈਰ। ਅੱਛਾ ਮੈਨੂੰ ਇਹ ਦੱਸੋ, ਮਾਸ਼ਾਅੱਲਾ ਦੁਕਾਨ ਤੁਸੀਂ ਬਣਾਈ ਹੈ, ਮਾਸ਼ਾਅੱਲਾ ਚੰਗਾ ਸਮਾਨ ਵਗੈਰਾ ਤੁਸੀਂ ਰੱਖਿਆ ਸਾਰਾ, ਅਤੇ ਜੀ ਔਜ਼ਾਰ ਵਗੈਰਾ। ਅੱਛਾ ਇਹ ਕਿੰਨਾ ਖਰਚਾ ਆ ਜਾਂਦਾ ਹੈ ਤਕਰੀਬਨ? ਖਰਚਾ अस्सलाम वालेकुम जी, की हाल चाल है जी, कैसे तबीयत से? नाम दस देना जी अपना जरा। शाहद बूटा साहब। अच्छा शाहद बूटा साहब, माशाल्लाह दुकान बनाई तुसी, ਸਪੇਅਰ ਪਾਰਟ ਦਾ ਕੰਮ ਹੀ ਹੈ ਜਾਂ ਮਕੈਨਿਕੀ ਵੀ ਹੈ? ਮਕੈਨਿਕੀ ਵੀ ਹੈ, ਸਪੇਅਰ ਪਾਰਟ ਵੀ ਹੈ ਜੀ। ਅੱਛਾ ਮਾਸ਼ਾਅੱਲਾ, ਤਾਂ ਮਕੈਨਿਕੀ ਦਾ ਕੰਮ ਇੱਥੇ ਕੌਣ ਕਰਦਾ? ਹਮਜਾ, ਹਮਜਾ ਸ਼ਾਹ। ਅੱਛਾ ਬੇਟਾ ਹੈ ਤੁਹਾਡਾ? ਹਾਂਜੀ ਹਾਂਜੀ। ਮਾਸ਼ਾਅੱਲਾ ਮਾਸ਼ਾਅੱਲਾ, ਅਤੇ ਕਿੰਨਾ ਅਰਸਾ ਹੋ ਗਿਆ ਉਹਨੂੰ ਕੰਮ ਸਿੱਖੇ ਨੂੰ ਜੀ? ਚਾਰ ਸਾਲ ਹੋ ਗਏ। ਅੱਛਾ ਬੂਟਾ ਸਾਹਿਬ, ਤੁਸੀਂ ਕੀ ਕਰਦੇ ਹੋ? ਮੈਂ ਮਾਲ ਡੰਗਰ ਦਾ ਜੀ ਕੰਮ। ਅੱਛਾ ਮਾਸ਼ਾਅੱਲਾ ਮਾਸ਼ਾਅੱਲਾ। ਅੱਛਾ ਮੈਨੂੰ ਇਹ ਦੱਸੋ ਕਿ ਕੈਸ ਬਰਾਦਰੀ ਨਾਲ ਤਾਲੁਕ ਹੈ ਤੁਹਾਡਾ? ਗੁਜਰ ਬਰਾਦਰੀ, ਮਾਸ਼ਾਅੱਲਾ ਗੁਜਰ ਵੀ ਕਾਰੋਬਾਰੀ ਹੋਣ ਲੱਗ ਪਏ ਹੈ। ਚਲੋ ਜੀ, ਅੱਲਾਹ ਖੈਰ। ਅੱਛਾ ਮੈਨੂੰ ਇਹ ਦੱਸੋ, ਮਾਸ਼ਾਅੱਲਾ ਦੁਕਾਨ ਤੁਸੀਂ ਬਣਾਈ ਹੈ, ਮਾਸ਼ਾਅੱਲਾ ਚੰਗਾ ਸਮਾਨ ਵਗੈਰਾ ਤੁਸੀਂ ਰੱਖਿਆ ਸਾਰਾ, ਅਤੇ ਜੀ ਔਜ਼ਾਰ ਵਗੈਰਾ। ਅੱਛਾ ਇਹ ਕਿੰਨਾ ਖਰਚਾ ਆ ਜਾਂਦਾ ਹੈ ਤਕਰੀਬਨ? ਖਰਚਾ ਮੋਬਾਈਲ ਜਿਹੜੇ ਤੁਸੀਂ ਰੱਖੇ ਹੋਏ ਇਹ ਓਦਾਂ ਹੀ ਲਿਆ ਕੇ ਰੱਖੇ, ਯਾਨੀ ਕਿ ਕੋਈ ਡੀਲਰਸ਼ਿਪ ਵਗੈਰਾ ਨਹੀਂ ਲਈ ਤੁਸੀਂ? ਹਾਂਜੀ ਸਹੀ ਸਹੀ। ਅੱਛਾ ਇਹ ਸਮਾਨ ਜਿਹੜਾ ਤੁਸੀਂ ਲਿਆਏ ਹੋ ਇਹ ਬਈ ਮੁਖਤਲਿਫ ਕੰਪਨੀਆਂ ਦਾ ਹੈ, ਕੋਈ ਮਖਸੂਸ ਨਹੀਂ ਰੱਖਿਆ ਤੁਸੀਂ, ਇੱਦਾਂ ਹੀ ਹੈ? ਅੱਛੀ ਕੰਪਨੀ ਦਾ ਜੀ। ਉਹ ਹੀ ਹੈ ਤਾਂ ਅੱਛਾ ਹੀ, ਜ਼ਾਹਰੀ ਜੀ ਗੱਲ ਹੈ ਜੀ। ਮਾਸ਼ਾਅੱਲਾ ਬੰਦਾ ਜਦੋਂ ਸ਼ੁਰੂ ਕਰਦਾ ਸਮਾਨ ਤਾਂ ਚੰਗਾ ਰੱਖਦਾ। ਸਹੀ ਸਹੀ, ਯਾਨੀ ਕਿ ਕੰਪਨੀ ਦਾ ਨਹੀਂ, ਜਿਵੇਂ ਦਾ ਬਈ ਅੱਗੇ ਗਾਹਕ ਆ ਜਾਏ, ਕਸਟਮਰ ਆ ਜਾਏ, ਜਿਵੇਂ ਦਾ ਕਹੇ ਉੱਦਾਂ ਦਾ ਸਮਾਨ ਉੱਦਾਂ ਲੱਭ ਜਾਏਗਾ। ਸਹੀ ਸਹੀ। ਚਲੋ ਜੀ ਮਾਸ਼ਾਅੱਲਾ, ਬੜੀ ਖੁਸ਼ੀ ਹੋਈ ਜੀ ਤੁਹਾਡੇ ਨਾਲ ਗੱਲ ਕਰਕੇ। ਬਾਕੀ ਮੈਂ ਉਹੀ ਆਵਾਮ ਨੂੰ ਦੱਸਣਾ ਚਾਹ ਰਿਹਾ ਸੀਗਾ ਬਈ, ਆਵਾਮ ਕਹਿੰਦੇ ਜੀ ਕੰਮ ਕਾਰ ਕੋਈ ਨਹੀਂ ਅਤੇ ਲੱਭਦਾ ਕੋਈ ਨਹੀਂ। ਬਾਕੀ ਇਹ ਜਿਹੜਾ 8 ਲੱਖ ਦਾ ਤੁਸੀਂ ਸਮਾਨ ਪਾਇਆ, ਲਾਜ਼ਮੀ ਨਹੀਂ ਬਈ ਬੰਦਾ 8 ਲੱਖ ਦਾ ਹੀ ਪਾਵੇ, ਘੱਟ 1-2 ਲੱਖ ਤੋਂ ਵੀ ਇਹ ਕੰਮ ਸ਼ੁਰੂ ਹੋ ਸਕਦਾ। ਹਾਂਜੀ, ਹੌਲੀ ਹੌਲੀ ਬਈ ਬੰਦਾ ਵਧਾ ਲੈਂਦਾ ਜੀ। ਸਹੀ ਸਹੀ। ਚਲੋ ਜੀ ਬੰਦੇ ਦਾ ਹੁਣ ਬਿਲਕੁਲ ਏਦਾਂ ਹੀ ਹੈ, ਬਾਕੀ ਬਹਿ ਕੇ ਤਾਂ ਗੱਲਾਂ ਕਰਦੇ ਰਹਿਣ ਬਈ ਜੀ, ਕੰਮ ਕਾਰ ਕੋਈ ਨੀ। ਇਹੀ ਹੈ ਕਿ ਹੁਨਰ ਸਿੱਖੋ, ਉਹਦੇ ਬਾਅਦ ਫਿਰ ਅੱਗੇ ਅੱਲਾ ਰੋਜ਼ੀ ਦਿੰਦਾ ਹੈ। ਮਾਸ਼ਾਅੱਲਾ ਜੀ, ਬੜੀ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ, ਅੱਲਾ ਕਾਮਯਾਬ ਕਰੇ ਜੀ ਮਾਸ਼ਾਅੱਲਾ। ਆਮੀਨ ਸੁਮਾ ਆਮੀਨ, ਅੱਲਾ ਦੇ ਵਾਲੇ ਜੀ, ਅੱਲਾ।